ਰੁਪਈਏ ਦਾ ਵੀ ਕਿਤੇ ਮੇਰੇ 'ਤੇ ਇਲਜ਼ਾਮ ਲੱਗ ਜੇ ਕਿ ਭਗਵੰਤ ਮਾਨ ਨੇ ਲੋਕਾਂ ਦੇ ਪੈਸੇ 'ਚੋਂ ਇੱਕ ਰੁਪਈਆ ਆਪਣੇ ਲਈ ਕੱਢ ਕੇ ਵਰਤ ਲਿਆ, ਤਾਂ ਮੈਂ ਇੱਥੋਂ ਤੱਕ ਵੀ ਕਹਿ ਦਿੰਦਾ ਕਿ ਲੋਕਾਂ ਦੀਆਂ ਜੁੱਤੀਆਂ ਹੋਣਗੀਆਂ ਅਤੇ ਮੇਰਾ ਸਿਰ ਹੋਊਗਾ। ਆਪਾਂ ਪੈਸੇ ਦੇ ਵਿੱਚ ਉਹ ਵੱਡੇ ਵੱਡੇ ਜਿਹੜੇ ਧਨਾੜ ਲੀਡਰ ਨੇ ਉਹਨਾਂ ਨੂੰ ਹਰਾ ਨਹੀਂ ਸਕਦੇ, ਪਰ ਇਮਾਨਦਾਰੀ ਅਤੇ ਸੱਚਾਈ 'ਚ ਉਹ ਆਪਾਂ ਨੂੰ ਨਹੀਂ ਹਰਾ ਸਕਦੇ। ਪ੍ਰਚਾਰ ਕਰਨ ਵਾਸਤੇ ਪੈਸੇ ਚਾਹੀਦੇ ਨੇ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਦਸਵੰਧ ਕੱਢੋ ਤਾਂ ਕਿ ਆਪਾਂ ਵਧੀਆ ਚੰਗੇ ਲੋਕਾਂ ਦਾ ਹੌਸਲਾ ਵਧਾ ਸਕੀਏ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ 'ਚ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਕੇ ਆਈ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਫੰਡਾਂ ਦੀ ਘਾਟ ਆਣ ਪਈ ਏ, ਜਿਸ ਨੂੰ ਦੇਖਦਿਆਂ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਤੇ ਆਉਂਦੀਆਂ ਲੋਕ ਸਭਾ ਚੋਣਾਂ 'ਚ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਏ। ਭਗਵੰਤ ਮਾਨ ਨੇ ਇੱਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਪਾਰਟੀ ਨੂੰ ਫੰਡ ਦਿੱਤਾ ਜਾਵੇ ਤਾਂ ਜੋ ਪਾਰਟੀ ਆਪਣੇ ਵਿਰੋਧੀ ਧਨਾਟ ਸਿਆਸਤਦਾਨਾਂ ਨੂੰ ਹਰਾ ਸਕੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੋਸਤੋ, ਦੇਸ਼ ਦੀ ਰਾਜਨੀਤੀ ਨੂੰ ਭ੍ਰਿਸ਼ਟਾਚਾਰ ਦੇ ਚੁੰਗਲ 'ਚੋਂ ਕੱਢਣ ਲਈ, ਦੇਸ਼ ਦੀ ਰਾਜਨੀਤੀ ਨੂੰ ਅਪਰਾਧੀਆਂ ਦੇ ਚੁੰਗਲ 'ਚੋਂ ਕੱਢਣ ਲਈ, ਚੰਗੇ ਇਮਾਨਦਾਰ ਅਤੇ ਸੱਚੇ ਲੋਕਾਂ ਨੂੰ ਭਾਰਤ ਦੀ ਲੋਕ ਸਭਾ 'ਚ ਅਤੇ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾ 'ਚ ਭੇਜਣ ਲਈ ਆਮ ਆਦਮੀ ਪਾਰਟੀ ਬਣੀ, ਜਿਹੜੀ ਆਮ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਸੀ। ਬਹੁਤ ਸਾਰੇ ਚੰਗੇ ਲੋਕ, ਬਹੁਤ ਸਾਰੇ ਇਮਾਨਦਾਰ ਲੋਕ ਜਿਹੜੇ ਹਿੰਮਤ ਨਹੀਂ ਕਰ ਪਾਉਂਦੇ ਸੀ ਪਹਿਲਾਂ ਰਾਜਨੀਤੀ 'ਚ ਆਉਣ ਦੀ, ਉਹਨਾਂ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਲੱਗਦਾ ਸੀ, ਉਹ ਹਿੰਮਤ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਦਿੱਤੀ। ਉਹ ਅੱਗੇ ਆਏ, ਉਹਨਾਂ ਨੂੰ ਟਿਕਟਾਂ ਮਿਲੀਆਂ ਅਤੇ ਉਹ MLA ਅਤੇ MP ਬਣੇ। ਉਹਨਾਂ 'ਚੋਂ ਇੱਕ ਮੈਂ ਵੀ ਹਾਂ। ਮੈਂ ਸੰਗਰੂਰ ਤੋਂ ਲੋਕ ਸਭਾ 2014 ਚੋਣਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਬਣ ਕੇ ਭਾਰਤ ਦੀ ਸੰਸਦ ਦੇ ਵਿੱਚ ਗਿਆ। ਮੈਂ ਜਦੋਂ ਵੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਦੇ ਵਿੱਚ ਹਿੱਸਾ ਲੈਣ ਗਿਆ, ਬਹੁਤ ਸਾਰੇ ਪੰਜਾਬ ਦੇ ਵੱਡੇ ਵੱਡੇ ਮਸਲੇ, ਦੇਸ਼ ਦੇ ਵੱਡੇ ਵੱਡੇ ਮੁੱਦੇ ਮੈਂ ਬੇਵਾਕ ਤਰੀਕੇ ਨਾਲ, ਧਰੱਲੇਦਾਰ ਤਰੀਕੇ ਨਾਲ ਭਾਰਤ ਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਏ। ਇਹ ਮੇਰਾ ਫਰਜ਼ ਬਣਦਾ। ਮੈਂ ਕਦੇ ਵੀ ਪਾਰਲੀਮੈਂਟ ਦੇ ਵਿੱਚ ਲੀਡਰ ਬਣ ਕੇ ਨਹੀਂ ਗਿਆ, ਮੈਂ ਆਮ ਪਬਲਿਕ ਬਣ ਕੇ ਗਿਆ, ਜਨਤਾ ਬਣ ਕੇ ਗਿਆ। ਜੋ ਗੁੱਸਾ ਇਸ ਸਿਸਟਮ ਦੇ ਪ੍ਰਤੀ ਤੁਹਾਡੇ ਦਿਲਾਂ ਦੇ ਵਿੱਚ ਹੈ, ਜੋ ਨਾਰਾਜ਼ਗੀ ਇਸ ਸਿਸਟਮ ਦੇ ਪ੍ਰਤੀ ਤੁਹਾਡੇ ਮਨਾਂ ਦੇ ਵਿੱਚ ਹੈ, ਉਹੀ ਗੁੱਸਾ ਅਤੇ ਨਾਰਾਜ਼ਗੀ ਮੈਂ ਦੇਸ਼ ਦੀ ਪਾਰਲੀਮੈਂਟ 'ਚ ਲੈ ਕੇ ਗਿਆ। ਜਦੋਂ ਮੈਂ ਬੋਲਦਾ ਸੀ, ਇਸੇ ਕਰਕੇ ਤੁਹਾਨੂੰ ਲੱਗਦਾ ਸੀ ਕਿ ਇਹ ਤਾਂ ਉਹੀ ਗੱਲਾਂ ਨੇ ਜਿਹੜੀਆਂ ਅਸੀਂ ਬੋਲਣਾ ਚਾਹੁੰਦੇ ਹਾਂ। ਤੁਹਾਨੂੰ ਲੱਗਦਾ ਸੀ ਕਿ ਜੇ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹੁੰਦਾ ਤਾਂ ਮੈਂ ਆਹੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਸੀ। ਸੋ ਇਹ ਆਪਣਾਪਣ ਜਿਹੜਾ ਉਹ ਤੁਹਾਨੂੰ ਮੇਰੇ ਵਿੱਚੋਂ ਨਜ਼ਰ ਆਇਆ, ਉਹਦੇ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ, ਤੁਸੀਂ ਬਹੁਤ ਸਾਰਾ ਪਿਆਰ ਸਤਿਕਾਰ ਦਿੱਤਾ। ਦੋਸਤੋ, MPLAD ਦਾ ਪੈਸਾ 5 ਕਰੋੜ ਰੁਪਈਆ ਇੱਕ ਸਾਲ ਦਾ, 2.5 ਕਰੋੜ ਦੀਆਂ 2 ਕਿਸ਼ਤਾਂ 'ਚ ਮਿਲਦਾ ਲੋਕਾਂ ਦੇ ਸਾਂਝੇ ਕੰਮਾਂ 'ਤੇ ਲਾਉਣ ਲਈ। 25 ਕਰੋੜ ਰੁਪਈਆ 5 ਸਾਲਾਂ ਦਾ ਬਣਿਆ, ਉਹ ਤਾਂ ਮੈਂ ਵੰਡਣਾ ਹੀ ਸੀ, ਨਾਲ
1 ਕਰੋੜ 1 ਲੱਖ 24 ਹਜ਼ਾਰ ਰੁਪਇਆ ਉਹਦਾ ਇੰਟਰਸਟ ਬਣਿਆ, ਵਿਆਜ ਬਣਿਆ। ਅਤੇ 60 ਲੱਖ ਰੁਪਇਆ ਜਿਹੜਾ ਪੁਰਾਣਾ ਐਮ ਪੀ 2014 ਦੇ ਵਿੱਚ ਜੋ ਪੁਰਾਣੇ ਐਮ ਪੀ ਜਿਹੜੇ ਹਾਰ ਗਏ ਸੀ ਵਿਜੇਂਦਰ ਸਿੰਗਲਾ ਜੀ, ਉਹਨਾਂ ਦਾ ਬਿਨਾਂ ਵਰਤਿਆ ਹੋਇਆ ਪੈਸਾ ਸੀ ਉਹ ਵੀ ਨਵੇਂ ਐਮ ਪੀ ਦੇ ਖਾਤੇ 'ਚ ਆ ਜਾਂਦਾ। ਸੋ 26 ਕਰੋੜ 61 ਲੱਖ 24 ਹਜ਼ਾਰ ਰੁਪਏ ਮੈਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੇ ਸਾਂਝੇ ਕੰਮਾਂ 'ਤੇ ਖਰਚ ਕੀਤਾ। ਇੱਕ ਇੱਕ ਰੁਪਈਏ ਦਾ ਮੇਰੇ ਕੋਲ ਹਿਸਾਬ ਪਿਆ, ਇੱਕ ਰੁਪਈਏ ਦਾ ਵੀ ਕਿਤੇ ਮੇਰੇ 'ਤੇ ਇਲਜ਼ਾਮ ਲੱਗ ਜਾਏ ਕਿ ਭਗਵੰਤ ਮਾਨ ਨੇ ਲੋਕਾਂ ਦੇ ਪੈਸੇ 'ਚੋਂ 1 ਰੁਪਈਆ ਆਪਣੇ ਲਈ ਕੱਢ ਕੇ ਵਰਤ ਲਿਆ, ਤੇਲ ਪਵਾ ਲਿਆ ਜਾਂ ਚਾਹ ਪੀ ਲਈ ਜਾਂ ਬਿਸਕੁਟ ਲੈ ਲਏ, ਤਾਂ ਮੈਂ ਇੱਥੋਂ ਤੱਕ ਵੀ ਕਹਿ ਦਿੰਦਾ ਕਿ ਲੋਕਾਂ ਦੀਆਂ ਜੁੱਤੀਆਂ ਹੋਣਗੀਆਂ ਅਤੇ ਮੇਰਾ ਸਿਰ ਹੋਊਗਾ। ਅੱਜ ਦੇ ਭ੍ਰਿਸ਼ਟਾਚਾਰ ਦੇ ਚਿੱਕੜ 'ਚ ਆਪਣਾ ਦਾਮਨ ਸਾਫ਼ ਰੱਖਣਾ ਬਹੁਤ ਮੁਸ਼ਕਲ ਹੈ, ਪਰ ਜੇ ਦਿਲ ਸਾਫ਼ ਹੋਵੇ, ਜੇ ਨੀਤ ਸਾਫ਼ ਹੋਵੇ ਤਾਂ ਇਹ ਹੋ ਸਕਦਾ। ਕਰਕੇ ਦਿਖਾਤਾ ਦੋਸਤੋ, ਹੁਣ ਚੋਣਾਂ ਆ ਗਈਆਂ। ਆਪਾਂ ਪੈਸੇ ਦੇ ਵਿੱਚ ਉਹ ਵੱਡੇ ਵੱਡੇ ਜਿਹੜੇ ਧਨਾੜ ਲੀਡਰ ਨੇ ਉਹਨਾਂ ਨੂੰ ਹਰਾ ਨਹੀਂ ਸਕਦੇ, ਉਹਨਾਂ ਕੋਲ ਤਾਂ ਲੋਕਾਂ ਦਾ ਲੁੱਟਿਆ ਹੋਇਆ ਬਹੁਤ ਮਾਲ ਪਿਆ, ਉਹ ਮੀਂਹ ਭਰਾ ਦੇਣਗੇ ਪੈਸੇ ਦਾ। ਪਰ ਇਮਾਨਦਾਰੀ ਅਤੇ ਸੱਚਾਈ 'ਚ ਉਹ ਆਪਾਂ ਨੂੰ ਨਹੀਂ ਹਰਾ ਸਕਦੇ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਝੂਠ ਬੋਲੇ ਹੋਏ ਨੇ, ਬਹੁਤ ਵੱਡੇ ਵੱਡੇ ਵਾਅਦੇ ਕਰਕੇ ਉਹ ਮੁੱਕਰੇ ਹੋਏ ਨੇ, ਬਹੁਤ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਈ। ਪ੍ਰਚਾਰ ਕਰਨ ਵਾਸਤੇ ਪੈਸੇ ਚਾਹੀਦੇ ਨੇ, ਉਹਦੇ ਲਈ ਮੈਂ ਅੱਜ ਤੁਹਾਨੂੰ ਬੇਨਤੀ ਕਰਨ ਵਾਸਤੇ ਤੁਹਾਡੇ ਸਾਹਮਣੇ ਆਇਆ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਦਸਵੰਧ ਕੱਢੋ, ਤਾਂ ਕਿ ਆਪਾਂ ਵਧੀਆ ਚੰਗੇ ਲੋਕਾਂ ਦਾ ਹੌਸਲਾ ਵਧਾ ਸਕੀਏ। ਜੇ ਚੰਗੇ ਲੋਕ ਰਾਜਨੀਤੀ 'ਚ ਹਾਰ ਜਾਣਗੇ ਜਾਂ ਪ੍ਰਚਾਰ ਪੱਖੋਂ ਪਿੱਛੇ ਰਹਿ ਜਾਣਗੇ ਤਾਂ ਫਿਰ ਉਹਨਾਂ ਦਾ ਦਿਲ ਟੁੱਟ ਜੂਗਾ, ਫਿਰ ਆਉਣ ਵਾਲੇ ਸਮੇਂ 'ਚ ਕੋਈ ਹੋਰ ਬੰਦਾ ਹਿੰਮਤ ਨਹੀਂ ਕਰੂਗਾ ਕਿ ਮੈਂ ਲੋਕਾਂ ਵਾਸਤੇ ਕਰੂੰਗਾ। ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪ ਲਈ ਆਪਣਾ ਦਸਵੰਧ ਜ਼ਰੂਰ ਦਿਓ ਤਾਂ ਜੋ ਸਿਆਸਤ ਵਿੱਚ ਉਹਨਾਂ ਵਰਗੇ ਇਮਾਨਦਾਰ ਵਿਅਕਤੀ ਉਤਸ਼ਾਹਿਤ ਹੋ ਸਕਣ। ਭਗਵੰਤ ਮਾਨ ਨੇ ਲੋਕਾਂ ਨੂੰ ਆਪਣੇ ਬੈਂਕ ਖਾਤੇ ਦੇ ਵੇਰਵੇ ਵੀ ਸਾਂਝੇ ਕੀਤੇ। ਸੋ ਉਹਦਾ ਇੱਕ ਤਰੀਕਾ ਜਿਹੜਾ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਿਆ। ਪੇਟੀਐਮ 'ਤੇ ਤੁਸੀਂ ਮੈਨੂੰ ਆਪਣਾ ਦਸਵੰਧ ਭੇਜ ਸਕਦੇ ਹੋ, ਆਪਣੀ ਨੇਕ ਕਮਾਈ 'ਚੋਂ, ਆਪਣੀ ਦਸਾਂ ਨੌਂ ਦੀ ਕਿਰਤ ਕਮਾਈ 'ਚੋਂ ਤੁਸੀਂ ਪੇਟੀਐਮ ਰਾਹੀਂ ਮੈਨੂੰ ਭੇਜ ਸਕਦੇ ਹੋ। ਭਾਵੇਂ 1 ਰੁਪਈਆ ਭੇਜੋ, ਭਾਵੇਂ 5 ਰੁਪਈਏ, ਭਾਵੇਂ 10, 20, 50, 100, 500, 1000, ਜਿੰਨਾ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਜ਼ਰੂਰ ਪਾਓ। ਔਰ ਜਦੋਂ ਮੇਰੇ ਕੋਲ ਉਹ ਪੈਸੇ ਪਹੁੰਚਣਗੇ ਮੈਂ ਅਕਾਊਂਟ ਨੰਬਰ ਦੇਊਂਗਾ, 1 ਨੰਬਰ ਦੇ ਵਿੱਚ ਉਹ ਪੈਸਾ ਹੋਊਗਾ, ਉਹਦਾ ਹਿਸਾਬ ਵੀ ਹੋਊਗਾ ਸਰ। ਜਦੋਂ ਮੇਰਾ ਖਰਚੇ ਜੋਗੇ ਪੈਸੇ ਹੋ ਗਏ ਤਾਂ ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਹੁਣ ਮੈਨੂੰ ਲੋੜ ਨਹੀਂ ਹੈਗੀ, ਕਿਉਂਕਿ ਸੱਚੇ ਦਿਲੋਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਵਾਸਤੇ ਲੱਗੇ ਹੋਏ ਹਾਂ। ਪੈਸੇ ਕਮਾਉਣ ਜਾਂ ਕਮਿਸ਼ਨ ਖਾਣ ਜਾਂ ਰਿਸ਼ਵਤਾਂ ਲੈਣ ਨਹੀਂ ਆਏ। ਮੇਰਾ ਪੇਟੀਐਮ ਦਾ ਜਿਹੜਾ ਅਕਾਊਂਟ ਹੈ ਉਹਦਾ ਨੰਬਰ ਤੁਸੀਂ ਲਿਖ ਲਓ, 9013869797, 9013867997। ਜੇ ਬੈਂਕ 'ਚੋਂ ਪੇਟੀਐਮ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰਨੇ ਨੇ ਤਾਂ ਉਹਦਾ IFSC ਕੋਡ ਹੈਗਾ PYTM01234567। ਮੈਂ ਦੁਬਾਰਾ ਰਿਪੀਟ ਕਰ ਦਿੰਦਾ, PYTM01234567।
ਇਹਦੇ ਰਾਹੀਂ ਜਿੰਨੇ ਵੀ ਤੁਹਾਡੇ ਵੱਲੋਂ ਯੋਗਦਾਨ ਦੇ ਪੈਸੇ ਆਉਣਗੇ ਉਹ ਰਿਕਾਰਡ 'ਤੇ ਰਹਿਣਗੇ ਔਰ ਸਾਡੇ ਕੋਲ ਉਹਦਾ ਪੂਰਾ ਹਿਸਾਬ ਹੋਊਗਾ। ਤੁਹਾਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਦੇਸ਼ ਦੀ ਰਾਜਨੀਤੀ ਨੂੰ ਬਦਲਣ 'ਚ ਮੈਂ ਵੀ ਆਪਣਾ ਯੋਗਦਾਨ ਪਾਇਆ। ਇਹ ਪੈਸੇ ਘੱਟ ਵੱਧ ਨਾਲ ਕੋਈ ਫਰਕ ਨਹੀਂ ਪੈਂਦਾ, ਯੋਗਦਾਨ ਯੋਗਦਾਨ ਹੈ। ਸੋ ਮੈਨੂੰ ਵੀ ਖੁਸ਼ੀ ਹੋਊਗੀ ਕਿ ਮੈਂ ਰਿਸ਼ਵਤ ਦੇ ਪੈਸੇ ਨਾਲ ਨਹੀਂ, ਮੈਂ ਕਿਸੇ ਵੱਡੀਆਂ ਵੱਡੀਆਂ ਫੈਕਟਰੀਆਂ ਵਾਲੇ ਵਪਾਰੀਆਂ ਤੋਂ ਫੰਡ ਲੈ ਕੇ ਚੋਣ ਨਹੀਂ ਲੜ ਰਿਹਾ, ਮੈਂ ਲੋਕਾਂ ਦੇ ਪੈਸੇ ਨਾਲ ਲੋਕਾਂ ਦੇ ਹੱਕ 'ਚ ਚੋਣ ਲੜ ਰਿਹਾ। ਮੇਰਾ ਵੀ ਹੌਸਲਾ ਵਧੂਗਾ। ਅਤੇ ਜਾਂ ਫਿਰ ਤੁਸੀਂ ਗੂਗਲ ਪੇ ਰਾਹੀਂ ਵੀ ਜਿਹੜਾ ਉਹ ਪੈਸਾ ਭੇਜ ਸਕਦੇ ਹੋ, ਟ੍ਰਾਂਸਫਰ ਕਰ ਸਕਦੇ ਹੋ ਗੂਗਲ ਪੇ ਰਾਹੀਂ। ਔਰ ਗੂਗਲ ਪੇ ਦੇ ਉੱਤੇ ਜਿਹੜਾ ਮੇਰਾ ਅਕਾਊਂਟ ਹੈ ਉਹ ਹੈਗਾ ਭਗਵੰਤ ਮਾਨ @OKSBI। ਮੈਂ ਦੁਬਾਰਾ ਰਿਪੀਟ ਕਰਦਾ, ਭਗਵੰਤ ਮਾਨ @OKSBI। ਭਗਵੰਤ ਮਾਨ ਦੀ ਮੈਂ ਸਪੈਲਿੰਗ ਰੱਖ ਲੈਂਦਾ, BHAGWANTMAN BHAGWANTMAN। ਇਹਦੇ 'ਚ ਕੋਈ ਗੈਪ ਨਹੀਂ ਹੈਗਾ, ਇਕੱਠਾ ਹੀ ਹੈ। @OKSBI SBI ਹੋ ਗਿਆ ਸਟੇਟ ਬੈਂਕ ਆਫ ਇੰਡੀਆ। ਸੋ ਗੂਗਲ ਪੇ ਰਾਹੀਂ ਵੀ ਤੁਸੀਂ ਸਾਨੂੰ ਹੌਸਲਾ ਵਧਾਉਣ ਲਈ ਦਸਵੰਧ ਕੱਟ ਸਕਦੇ ਹੋ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇੰਨਾ ਕੁ ਤਾਂ ਹੌਸਲਾ ਕਰਦੋਂ ਕਰੋਗੇ ਕਿ ਚੰਗਿਆਂ ਦਾ ਹੌਸਲਾ ਵਧਾਈਏ ਤਾਂ ਕਿ ਅਸੀਂ ਤੁਹਾਡੇ ਹੱਕ ਦੇ ਵਿੱਚ ਜਿਹੜੀ ਹੈ ਆਵਾਜ਼ ਉਠਾ ਸਕੀਏ, ਤੁਹਾਡੇ ਬੱਚਿਆਂ ਦੀ ਪੜ੍ਹਾਈ ਲਈ, ਤੁਹਾਡੇ ਬਜ਼ੁਰਗਾਂ ਦੀ ਦਵਾਈ ਲਈ, ਤੁਹਾਡੀਆਂ ਨੌਕਰੀਆਂ ਲਈ ਅਸੀਂ ਸੰਘਰਸ਼ ਕਰੀਏ, ਕਿਉਂਕਿ ਹੱਕ ਜਿਹੜੇ ਨੇ ਉਹ ਮੰਗਿਆਂ ਤੋਂ ਨਹੀਂ ਮਿਲਦੇ, ਉਹ ਖੋਣੇ ਪੈਂਦੇ। ਭਗਵੰਤ ਮਾਨ ਨੇ ਨਾਲ ਹੀ ਇਹ ਵੀ ਕਿਹਾ ਕਿ ਜਦੋਂ ਪਾਰਟੀ ਕੋਲ ਲੋੜੀਂਦੇ ਪੈਸੇ ਪਹੁੰਚ ਜਾਣਗੇ ਤਾਂ ਉਹ ਦੁਬਾਰਾ ਇੱਕ ਵੀਡੀਓ ਅਪਲੋਡ ਕਰਨਗੇ ਤਾਂ ਜੋ ਲੋਕ ਉਹਨਾਂ ਨੂੰ ਪੈਸੇ ਭੇਜਣੇ ਬੰਦ ਕਰ ਦੇਣ। ਸੋ ਸਾਡਾ ਹੌਸਲਾ ਵਧੂਗਾ, ਅਸੀਂ ਦੁੱਗਣੇ ਹੌਸਲੇ ਨਾਲ ਕੰਮ ਕਰਾਂਗੇ ਅਤੇ ਨਾਲ ਸਾਨੂੰ ਇਹ ਵੀ ਹੋਊਗਾ ਕਿ ਅਸੀਂ ਕਾਲੀ ਕਮਾਈ ਨਾਲ ਇਲੈਕਸ਼ਨ ਲੜ ਰਹੇ, ਅਸੀਂ ਲੋਕਾਂ ਦੇ ਦਸਾਂ ਨੌਹਾਂ ਦੀ ਕਿਰਤ ਕਮਾਈ 'ਚੋਂ ਹਿੱਸਾ ਬੂੰਦ ਬੂੰਦ ਨਾਲ ਸਮੁੰਦਰ ਜਿਹੜਾ ਭਰਦਾ ਉਹ ਬੂੰਦ ਬੂੰਦ ਨਾਲ ਅਸੀਂ ਸਮੁੰਦਰ ਭਰਨਾ ਚਾਹੁੰਦੇ ਹਾਂ। ਜਿਸ ਦਿਨ ਸਾਨੂੰ ਇਹ ਲੱਗਿਆ ਕਿ ਹਾਂ ਆਪਣੇ ਪੋਸਟਰ ਵੀ ਵਧੀਆ ਛਪ ਗਏ, ਝੰਡੇ ਵੀ ਬਣ ਗਏ, ਗੱਡੀਆਂ ਦਾ ਤੇਲ ਦਾ ਖਰਚਾ ਵੀ ਪੂਰਾ ਹੋ ਗਿਆ, ਅਸੀਂ ਉਸ ਦਿਨ ਤੁਹਾਨੂੰ ਇੱਕ ਵਾਰੀ ਫਿਰ ਵੀਡੀਓ ਬਣਾ ਕੇ ਇਹ ਦੱਸ ਦਾਂਗੇ ਕਿ ਹੁਣ ਇਸ ਅਕਾਊਂਟ 'ਚ ਭਾਵੇਂ ਤੁਸੀਂ ਪੈਸੇ ਨਾ ਪਾਓ, ਸਾਡਾ ਫਿਲਹਾਲ ਇਹਦੇ ਨਾਲ ਕੰਮ ਚੱਲ ਰਿਹਾ, ਸਰ ਰਿਹਾ। ਪੈਸੇ ਮੈਂ ਇੱਕ ਵਾਰੀ ਫਿਰ ਕਹਿ ਦਿੰਦਾ ਕਿ ਪੈਸਿਆਂ ਦੇ ਵਿੱਚ ਉਹਨਾਂ ਨੂੰ ਹਰਾ ਨਹੀਂ ਸਕਦੇ ਆਪਾਂ, ਪਰ ਖਰਚਾ ਪਾਣੀ 'ਚ ਨਾ ਆਪਾਂ ਪਿੱਛੇ ਰਹਿ ਜਾਈਏ। ਪ੍ਰਚਾਰ ਕਰਨ 'ਚ, ਮਿਹਨਤ ਕਰਨ 'ਚ ਮੇਰੀ ਗਰੰਟੀ ਹੈ, ਮੈਂ ਕੋਈ ਕਮੀ ਨਹੀਂ ਛੱਡੂੰਗਾ, ਦਿਨ ਰਾਤ ਇੱਕ ਕਰ ਦੂੰਗਾ ਇਹਨਾਂ ਕਰਪਟ ਲੀਡਰਾਂ ਨੂੰ ਹਰਾਉਣ ਵਾਸਤੇ ਅਤੇ ਇਸ ਸਿਸਟਮ ਨੂੰ ਦੁਬਾਰਾ ਵਧੀਆ ਤੋਂ ਲੀਹ 'ਤੇ ਲਿਆਉਣ ਵਾਸਤੇ ਅਤੇ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਦੁਬਾਰਾ ਬਣਾਉਣ ਵਾਸਤੇ। ਲੰਡਨ, ਪੈਰਿਸ, ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ, ਪੰਜਾਬ ਨੂੰ ਪੰਜਾਬ ਹੀ ਬਣਾ ਲਈਏ। ਔਰ ਕਾਫੀ ਹੱਦ ਤੱਕ ਇਹ ਲੜਾਈ ਹੈ ਆਪਾਂ ਜਿੱਤ ਚੁੱਕੇ ਹਾਂ, 20 MLA ਨੇ ਅਤੇ ਤੁਸੀਂ ਲੋਕ ਸਭਾ ਦੇ ਵਿੱਚ ਸਾਡਾ ਯੋਗਦਾਨ ਪਾਇਆ, ਦਿੱਲੀ ਤੋਂ ਵੀ ਇਸ ਵਾਰ ਬਹੁਤ ਵਧੀਆ ਰਿਪੋਰਟਾਂ ਨੇ ਕਿ ਉੱਥੋਂ ਵੀ MP ਬਣ ਕੇ ਖਾਤਾ ਖੁੱਲ ਰਿਹਾ। ਅਤੇ ਤੁਸੀਂ ਜਿੱਥੇ ਵੀ ਦੇਸ਼ ਦੇ ਵਿੱਚ ਬੈਠੇ ਹੋ, 1 ਰੁਪਈਆ, 2 ਰੁਪਈਏ, 5 ਰੁਪਈਏ, 10 ਰੁਪਈਏ, ਜਿੰਨਾ ਵੀ ਤੁਸੀਂ ਦਸਵੰਧ ਸਾਨੂੰ ਕੱਢੋਗੇ ਸਾਡੇ ਲਈ ਉਹ ਆਕਸੀਜਨ ਦਾ ਸਿਲੰਡਰ ਹੋਊਗਾ, ਅਸੀਂ ਤੁਹਾਡੇ ਖੰਭਾਂ 'ਤੇ ਉਡਾਰੀਆਂ ਮਾਰਾਂਗੇ। ਮੈਨੂੰ ਉਮੀਦ ਹੈ ਕਿ ਆਪਣੀਆਂ ਉਡਾਰੀਆਂ ਜਿਹੜੀਆਂ ਨੇ, ਆਪਣੀਆਂ ਉਡਾਨਾਂ ਜਿਹੜੀਆਂ ਨੇ ਉਹ ਉੱਚੀਆਂ ਜਾਣਗੀਆਂ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਲੋਕਾਂ ਨੂੰ ਪੈਸੇ ਭੇਜਣ ਦੀ ਅਪੀਲ ਕਰਦਿਆਂ ਹੀ ਵਿਰੋਧੀਆਂ ਦਾ ਰੌਲਾ ਰੱਪਾ ਵੀ ਸ਼ੁਰੂ ਹੋ ਗਿਆ। ਸੰਗਰੂਰ ਤੋਂ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਨੇ ਇਲਜ਼ਾਮ ਲਗਾਇਆ ਕਿ ਪਿਛਲੀ ਵਾਰ ਪੰਜਾਬੀਆਂ ਨੇ ਪਾਰਟੀ ਨੂੰ ਬੇਤਹਾਸ਼ਾ ਫੰਡ ਦਿੱਤੇ ਸਨ, ਪਰ ਇਸ ਵਾਰ ਆਪ ਦੀ ਇਹ ਚਾਲ ਕਾਮਯਾਬ ਨਹੀਂ ਹੋਵੇਗੀ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।